ਦੀ ਮਹਾਰਾਣੀ ਜਿੰਦ ਕੌਰ ਆਪਣੇ ਪੁੱਤਰ ਨੂੰ ਕਿੱਦਾਂ ਮਿੱਠਾ ਜਿਹਾ ਤਾਨਾ ਦਿੰਦੀ ਆ ਕਿ ਜਿੱਦਣ ਮੈਥੋਂ ਪੰਜਾਬ ਖੁੱਸ ਗਿਆ ਸੀ ਉਸ ਦਿਨ ਮੈਨੂੰ ਇੰਨਾ ਅਫਸੋਸ ਨਹੀਂ ਹੋਇਆ ਤੇ ਅੱਜ ਤੇਰੇ ਕੇਸ ਕਤਲ ਕੀਤੇ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਤੇ ਮੈਂ ਜਿਉਂਦੇ ਜੀ ਮਰ ਗਈ। ਉਸ ਸਮੇਂ ਦਾ ਸੀਨ ਬੀਬੀ ਸੁਖਪਾਲ ਕੌਰ ਬੜਬੜ ਦੇ ਢਾਡੀ ਇੱਥੇ ਕੋਲੋਂ ਇਉਂ ਸਰਵਣ ਕਰੋ ਜੀ। ਜਿੰਦਾ ਨੇ ਕਬਰ ਲਾਡਲਾ ਸੀਨੇ ਨਾਲ ਲਾ ਲਿਆ, ਨਜ਼ਰਾਂ ਤੋਂ ਹੀਨ ਅੱਖਾਂ ਨੇ ਸਾਬਨ ਬਣਾ ਲਿਆ, ਬੁੱਝਦਾ ਨੀ ਅਜੇ ਹਿਜਰ ਦਾ ਪਾਂਬੜ ਜੋ ਵਾਲਿਆ, ਹੋ ਗਿਆ ਦੁਸ਼ਮਣ ਮੇਰਾ ਪੁੱਤਰਾ ਜੱਗ ਸਾਰਾ ਵੇ, ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ, ਆਖਰੀ ਡੁੱਬ ਗਿਆ ਮੇਰੀਆਂ। ਕਿੱਥੇ ਨੇ ਕੇਸ ਲਾਡ ਲਿਆ ਮੱਖਣਾ ਨਾਲ ਪਾਲੇ ਵੇ, ਸੋਨੇ ਦੀਆਂ ਤਾਰਾਂ ਨਾਲੋਂ ਮਹਿੰਗੇ ਸੀ ਬਾਲੇ ਵੇ, ਭੋਲਾ ਮਸੂਮ ਵੇ ਕਦਰਾ ਕਿਉਂ ਨਾ ਸੰਭਾਲੇ ਵੇ, ਸਿੱਖੀ ਦੀ ਚਮਕ ਲਕੋ ਗਿਆ ਵੇ, ਸਿੱਖੀ ਦੀ ਚਮਕ ਲਕੋ ਗਿਆ ਕੁਫਰਾਂ ਦਾ ਗਾਰਾ ਵੇ, ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ, ਆਖਰੀ ਡੁੱਬ ਗਿਆ ਚੰਨਿਆ। ਬੋਲੀ ਨਾ ਤੇਰੀ ਬੇਟਾ ਨਾਨਕ ਦੇ ਦੇਸ਼ ਦੀ, ਜਾਪੇ ਪੁਸ਼ਾਕ ਵੀ ਤੇਰੀ ਗੈਰਾਂ ਦੇ ਦੇਸ਼ ਦੀ, ਦਿਸਦਾ ਕਕਾਰ ਨਾ ਕੋਈ ਰਹਿਮਤ ਦਸ਼ਮੇਸ਼ ਦੀ, ਹੈ ਨੀ ਕਰ ਪਾਨ ਗਾਤਰੇ ਵੇ, ਹੈ ਨੀ ਕਰ ਪਾਨ ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ, ਆਖਰੀ ਡੁੱਬ ਗਿਆ ਚੰਨਿਆ। ਸਤਿਗੁਰ ਦੀ ਸਿੱਖੀ ਬੇਟਾ ਤੈਨੂੰ ਜੇ ਜਚਦੀ ਨਾ, ਪੱਥਰ ਪਗਲਾਉਣੀ ਬਾਣੀ ਸੀਨੇ ਵਿੱਚ ਰਚਦੀ ਨਾ, ਮਾਤਾ ਬਦਕਿਸਮਤ ਤੇਰੀ ਮੈਂ ਵੀ ਹੁਣ ਬਚਦੀ ਨਾ, ਮਾਤਾ ਬਦਕਿਸਮਤ ਤੇਰੀ ਮੈਂ ਵੀ ਹੁਣ ਬਚਦੀ ਨਾ। ਨਰਗਸ ਇੱਕ ਸਿੱਖੀ ਦਾ ਸੀ ਵੇ, ਨਰਗਸ ਇੱਕ ਸਿੱਖੀ ਦਾ ਸੀ ਮੈਨੂੰ ਸਹਾਰਾ ਵੇ, ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ, ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ, ਆਖਰੀ ਡੁੱਬ ਗਿਆ ਪੁੱਤਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ